ਬਹੁਤ ਰੋਲੀ ਨਾ ਕੀ ਹੋ ਰਿਹਾ ਇੱਥੇ ਨਾ ਕੀ ਹੋ ਗਿਆ ਨਾ ਹੋਇਆ ਕੀ ਨਹੀਂ ਸਭ ਦੇਖ ਲਿਆ ਮੈਂ ਬਾਲਾ ਭੋਲਾ ਨਾ ਬਣ ਮੇਰੇ ਮੂਹਰੇ ਇੱਕ ਦੂਜੇ ਦੇ ਵਿੱਚ ਤਾਂ ਤੁਸੀਂ ਵੜਨ ਵਾਲੇ ਹੋਏ ਪਏ ਸੀ ਸ਼ਰਮ ਨਹੀਂ ਆਉਂਦੀ ਨਾ ਮਾਰ ਹੋਰ ਮਾਰ ਇਹਦੇ ਕਰਕੇ ਮੇਰੇ ਥੱਪੜ ਮਾਰਨ ਲੱਗ ਰਿਹਾ ਆਪਦਾ ਬੰਦਾ ਤਾਂ ਖਾ ਗਈ ਬੇਸ਼ਰਮੇ ਹੁਣ ਮੇਰਾ ਵੀ ਖਾਣ ਲੱਗ ਰਹੀਆਂ ਸ਼ਰਮ ਮੰਨ ਲੈ ਕੋਈ ਸ਼ਰਮ ਓਏ ਬਸ ਕਹਿ ਰਹਾ ਹੂੰ ਤਾਂ ਹੀ ਚੜ੍ਹਦੀਆਂ ਨੇ ਚੁੱਪ ਕਰਕੇ ਨਹੀਂ ਖੜਾ ਜਾਂਦਾ ਅੱਛਾ ਬੜੀ ਮੇਰ ਆਉਂਦੀ ਹੈ ਤੈਨੂੰ ਰੰਨ ਦੀ ਨਾ ਉਦੋਂ ਤੈਨੂੰ ਸ਼ਰਮ ਨਹੀਂ ਆਈ ਜਦੋਂ ਮੂੰਹ ਨਾ ਮੂੰਹ ਲਾ ਲਾ ਕੇ ਗੱਲਾਂ ਕਰਦਾ ਸੀ ਇਹਦੇ ਨਾਲ ਨੀ ਕੀ ਹੋ ਗਿਆ ਕੀ ਰੌਲਾ ਪਾ ਰੱਖਿਆ ਤੁਸੀਂ ਮੰਮੀ ਰੌਲਾ ਕੀ ਹੈ ਇਹਨੂੰ ਪੁੱਛ ਲੈ ਮੈਂ ਵੀ ਸੋਚਿਆ ਵੀ ਇਹ ਮੈਨੂੰ ਟਾਈਮ ਕਿਉਂ ਨਹੀਂ ਦਿੰਦਾ ਮੇਰੇ ਨਾਲ ਗੱਲਾਂ ਬਾਤਾਂ ਕਿਉਂ ਨਹੀਂ ਕਰਦਾ ਅਸਲੀ ਜੜ ਤਾਂ ਆਹ ਗਈ ਨੀ ਕੀ ਹੋਇਆ ਮੈਨੂੰ ਤਾਂ ਕੋਈ ਗੱਲ ਦੱਸੋ ਕੀ ਦੱਸਾਂ ਮਾਂ ਇਹਨਾਂ ਨੇ ਤਾਂ ਜਮੀ ਸ਼ਰਮ ਲਾਤੀ ਇੱਕ ਦੂਜੇ ਦੇ ਮੂੰਹ 'ਚ ਮੂੰਹ ਦੇਣ ਨੂੰ ਹੋ ਰਿਹਾ ਸੀ ਉਹ ਤਾਂ ਸ਼ੁਕਰ ਕਰ ਮੈਂ ਦੇਖ ਲਿਆ ਇਹਨਾਂ ਨੂੰ ਆ ਜਾਓ ਸਰ ਬੈਠੋ ਸਰ ਬਾਪੂ ਜੀ ਇਹ ਅਫਸਰ ਨੇ ਜੀ ਸਾਈਨ ਕਰਾਉਣ ਆਏ ਨੇਗੇ ਨੌਕਰੀ ਇਹ ਬਾਪੂ ਨੇ ਜੀ ਮੇਰੇ ਬਾਪੂ ਐਂ ਕਰੋ ਭਾਬੀ ਨੂੰ ਆਵਾਜ਼ ਮਾਰ ਲੈਂਦੇ ਆ ਕੁਛ ਪੇਪਰ ਸਾਈਨ ਕਰ ਲੈਂਦੇ ਕਰ ਦੇਣਗੇ ਹਾਂ ਇਹ ਵੀ ਠੀਕ ਹੈ ਅਮਨ ਪੁੱਤ ਉਹ ਅਮਨ ਪੁੱਤ ਮੜਿਆ ਬਾਰੇ ਕੀ ਹੋ ਗਿਆ ਜੀ ਉਹ ਕੁਛ ਨਹੀਂ ਹੋਇਆ ਮੜਿਆ ਸਾਈਨ ਕਰਨੇ ਫਿਰ ਪੁੱਤਾ ਸਾਈਨ ਕਰਨੇ ਫਿਰ ਹਾਂਜੀ ਡੈਡੀ ਜੀ ਕਰ ਦਿੰਦੀ ਹਾਂ ਮੈਂ ਸਾਈਨ ਉਹ ਤੂੰ ਉਰੇ ਕੀ ਕਰਨ ਲੱਗੀ ਜਾ ਕੇ ਚਾਹ ਬਣਾ ਲੈ ਜਾ ਕੋਈ ਛੇਤੀ ਲਈ ਮਾੜਾ ਜਾ ਲਿਆਓ ਜੀ ਮੈਨੂੰ ਦੱਸੋ ਕਿੱਥੇ ਸਾਈਨ ਕਰਾਉਣੀ ਮੈਂ ਕਰ ਦਿੰਦਾ ਰੁਕੋ ਭਾਈ ਸਾਹਿਬ ਮੈਨੂੰ ਇਹਨਾਂ ਨਾਲ ਗੱਲ ਕਰ ਲੈਣ ਦਿਓ ਤੁਸੀਂ ਅਸਾਈਨ ਆਪਣੀ ਮਰਜ਼ੀ ਨਾਲ ਕਰ ਰਹੇ ਹੋ ਕਿਸੇ ਦਬਾਅ 'ਚ ਤਾਂ ਨਹੀਂ ਆ ਕੇ ਕਰਦੇ ਸਰ ਇਹ ਅਸਾਈਨ ਮੈਂ ਆਪਣੀ ਮਰਜ਼ੀ ਨਾਲ ਹੀ ਕਰ ਰਹੀ ਹਾਂ ਦੇਖ ਲਓ ਜੀ ਸੋਚ ਲਓ ਇੱਕ ਵਾਰ ਫਿਰ ਜੇ ਤੁਸੀਂ ਇੱਕ ਵਾਰ ਅਸਾਈਨ ਕਰਤੇ ਤਾਂ ਤੁਹਾਡੇ ਪਤੀ ਦੀ ਨੌਕਰੀ ਤੁਹਾਡੇ ਦਿਓਰ ਨੂੰ ਮਿਲ ਜੂਗੀ ਅਤੇ ਤੁਹਾਡੇ ਹੱਥ ਕੁਛ ਨਹੀਂ ਰਹਿਣਾ ਹੈਗਾ ਮੈਂ ਫਿਰ ਕਹਿ ਰਿਹਾ ਇੱਕ ਵਾਰੀ ਦੁਬਾਰਾ ਸੋਚ ਲਓ ਸੋਚ ਸਮਝ ਕੇ ਅਸਾਈਨ ਕਰਿਓ ਆਪਣੀ ਹਾਂਜੀ ਮੈਂ ਸੋਚ ਸਮਝ ਕੇ ਅਸਾਈਨ ਕਰ ਰਹੀ ਹਾਂ ਵੈਸੇ ਵੀ ਇਹ ਵੀ ਤਾਂ ਮੇਰੇ ਘਰ ਦੀ ਹੋਈ ਨੇ ਇਸ ਲਈ ਮੈਂ ਸਾਈਨ ਕਰਨ ਨੂੰ ਤਿਆਰ ਹਾਂ ਮਤਲਬ ਤੁਹਾਡੇ 'ਤੇ ਕੋਈ ਪ੍ਰੈਸ਼ਰ ਨਹੀਂ ਕਿਸੇ ਦਾ ਨਾ ਨਾ ਜੀ ਮੇਰੇ 'ਤੇ ਕਿਸੇ ਦਾ ਕੋਈ ਵੀ ਦਬਾਅ ਨਹੀਂ ਅਤੇ ਮੈਂ ਆਪਣੀ ਮਰਜ਼ੀ ਨਾਲ ਹੀ ਸਾਈਨ ਕਰ ਰਹੀ ਹਾਂ ਠੀਕ ਹੈ ਜੀ ਆ ਲਓ ਕਰੋ ਸਾਈਨ ਫਿਰ ਉਹ ਕੋਮਲ ਉਹ ਲਿਆ ਯਾਰ ਚਾਹ ਇੰਨਾ ਟਾਈਮ ਹੋ ਗਿਆ ਸਰ ਇੱਕ ਵਾਰੀ ਫਾਈਲ ਚੈੱਕ ਕਰ ਲਓ ਜੀ ਸਾਈਨ ਸਹੀ ਹੋ ਗਈ ਹਾਂਜੀ ਹੋ ਗਏ ਭਾਬੀ ਸਾਈਨ ਹੋ ਗਏ ਸਾਰੇ ਕਿਤੇ ਹੁਣ ਤੁਸੀਂ ਅੰਦਰ ਵਗ ਜਾਓ ਮਾਂ ਤੁਸੀਂ ਵੀ ਵਗ ਜਾਓ ਉਹਨੂੰ ਭੇਜ ਦਿਓ ਚਾਹ ਲੈ ਕੇ ਵਗ ਜਾਓ ਕਿਤੇ ਦੇਖੋ ਜੀ ਇਹੋ ਜਿਹੀ ਕੋਈ ਗੱਲ ਨਹੀਂ ਨਾ ਹੀ ਅਸੀਂ ਬਹੂ 'ਤੇ ਕੋਈ ਦਬਾਅ ਪਾਇਆ ਆਪਦੀ ਮਰਜ਼ੀ ਨਾਲ ਸਾਈਨ ਕੀਤੇ ਨੇ ਦੇਖੋ ਜੀ ਇਹ ਸਰਕਾਰੀ ਕੰਮ ਨੇ ਜੀ ਸਾਡੇ 'ਤੇ ਵੀ ਅਫਸਰਾਂ ਦਾ ਦਬਾਅ ਬਣਿਆ ਹੋਇਆ ਜੀ ਨਾਲੇ ਜੀ ਪਹਿਲਾ ਹੱਕ ਤਾਂ ਇਹਨਾਂ ਦਾ ਬਣਦਾ ਇਹਨਾਂ ਦੀ ਪਤਨੀ ਨੌਕਰੀ ਦਾ ਸਾਡਾ ਵੀ ਤਸੱਲੀ ਕਰਨ ਦਾ ਫਰਜ਼ ਬਣਦਾ ਜੀ ਚਲੋ ਗੱਲਾਂ ਬਾਤਾਂ ਤਾਂ ਹੁੰਦੀਆਂ ਰਹਿਣੀਆਂ ਜੀ ਚਾਹ ਚਲੋ ਲੈ ਲਓ ਚਲੋ ਜਿਹੜੀ ਵੀ ਕਾਰਵਾਈ ਹੈ ਜੀ ਬਸ ਤੁਸੀਂ ਤਸੱਲੀ ਨਾ ਕਰ ਲਓ ਉਹ ਮੇਰੀ ਗੱਲ ਸੁਣ ਆ ਬਹੂ ਨੂੰ ਘਰੇ ਭੇਜ ਦੇ ਛਿੰਦਾ ਆਇਆ ਬੈਠਾ ਕਿਉਂ ਉਹ ਕੀ ਕਹਿੰਦਾ ਹੁਣ ਉਹ ਤੈਨੂੰ ਪਤਾ ਤਾਂ ਹੈਗਾ ਜਿਹੜਾ ਪਲਾਟ ਆਪਾਂ ਲਿਆ ਉਹਦੀ ਰਜਿਸਟਰੀ ਕਰਾਉਣੀ ਆ ਬਹੂ ਦੇ ਨਾਮ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਬਹੂ ਜਾਊਗਾ ਤੇ ਨਾਲ ਹੋਣਾ ਦੀਪ ਨੂੰ ਭੇਜ ਦੋ ਵਗ ਜੂਗਾ ਨਾ ਪਲਾਟ ਤਾਂ ਬਹੂ ਦੇ ਨਾਮ ਹੋਣਾ
ਤੇ ਦੀਪ ਉੱਥੇ ਕੀ ਕਰੂਗਾ? ਨਾ ਪਲਾਟ ਚਾਹੇ ਬਹੂ ਦੇ ਨਾਂ ਹੋਵੇ ਚਾਹੇ ਦੀਪ ਦੇ ਨਾਂ ਹੋਵੇ, ਰਹਿਣਾ ਤਾਂ ਘਰੀ ਆ। ਦਿਮਾਗ ਤਾਂ ਮੈਨੂੰ ਤੇਰਾ ਖਰਾਬ ਲੱਗਦਾ। ਪਹਿਲਾਂ ਤਾਂ ਇਹਨੇ ਨੌਕਰੀ ਦਿੱਤੀ ਉਹਨੂੰ, ਨਾਲੇ ਹੁਣ ਉਹਨੂੰ ਪਲਾਟ ਦੇ ਦਈਏ, ਇਹਦੇ ਪੱਲੇ ਕੀ ਰੂਹ ਵਿਚਾਰੀ ਦੇ। ਹੁਣ ਆਪਾਂ ਪਹਿਲਾਂ ਦੀ ਕਿੰਨਾ ਕੁ ਚਿਰ ਜਾਵਾਂਗੇ? ਨਾਲੇ ਸੱਤੇ ਦੇ ਪੈਸਿਆਂ ਤੇ ਤਾਂ ਪਹਿਲਾਂ ਇਹਦਾ ਹੱਕ ਬਣਦਾ, ਨਾ ਕਿ ਆਪਣਾ। ਓਏ ਤੂੰ ਇਹ ਵੀ ਤਾਂ ਸੋਚ, ਇਹਨੂੰ ਰੋਟੀ ਕੌਣ ਦੇਊਗਾ? ਉਹ ਮੈਂ ਤਾਂ ਨਹੀਂ ਕਹਿੰਦੀ ਵੀ ਪਲਾਟ ਆਪਾਂ ਇਹਦੇ ਨਾਲ ਨਹੀਂ ਕਰਾਉਂਦੇ, ਪਰ ਮੈਂ ਉਹਦੇ ਨਾਲ ਨਹੀਂ ਜਾਣ ਦਿੰਦੀ। ਲੋਕ ਕੀ ਕਹਿਣਗੇ ਵੀ ਇਹਨਾਂ ਦੀ ਨੂੰਹ ਪਤਾ ਨਹੀਂ ਕਿਹਦੇ ਨਾਲ ਚੜੀ ਫਿਰਦੀ ਆ ਮੋਟਰਸਾਈਕਲਾਂ ਤੇ। ਬਾਪੂ ਜੀ, ਮੰਮੀ ਜੀ ਠੀਕ ਹੀ ਕਹਿ ਰਹੇ ਨੇਗੇ। ਵੈਸੇ ਵੀ ਕੀ ਪਤਾ ਉੱਥੇ ਕਿੰਨਾ ਕੁ ਟਾਈਮ ਲੱਗੂਗਾ। ਜੇ ਦੀਪ ਦੇ ਨਾਮ 'ਤੇ ਹੋ ਗਿਆ ਪਲਾਟ, ਫਿਰ ਵੀ ਤਾਂ ਖਰਚ ਹੀ ਰਹੂਗਾ। ਉਹ ਪੁੱਤ, ਤੂੰ ਤਾਂ ਭੋਲੀ ਹੈ, ਤੂੰ ਦੁਨੀਆਦਾਰੀ ਨੂੰ ਨਹੀਂ ਜਾਣਦੀ। ਨਾਲੇ ਸ਼ਰੀਕ ਕਿਸੇ ਦੇ ਬਣੇ ਨੇ, ਆਹ ਦੇਖ ਲੈ ਮੇਰੇ ਦੋ ਭਰਾ ਨੇ, ਖੜਦੇ ਨੇ ਮੇਰੇ ਨਾਲ। ਬਾਪੂ ਜੀ, ਮੈਂ ਕੁਛ ਨਹੀਂ ਲੈਣਾ ਦੁਨੀਆਦਾਰੀ ਤੋਂ, ਕੋਈ ਕੁਛ ਮਰਜ਼ੀ ਕਰੇ। ਚੰਗਾ ਭਾਈ, ਜਿਵੇਂ ਤੁਹਾਨੂੰ ਠੀਕ ਲੱਗਦਾ ਮਰਜ਼ੀ ਕਰੋ। ਪਤਾ ਨਹੀਂ ਬਾਪੂ ਜੀ ਦੇ ਮਨ ਦੇ ਵਿੱਚ ਕੀ ਕੀ ਗੱਲਾਂ ਆਈ ਜਾਂਦੇ ਨੇ। ਚਲੋ ਮੰਮੀ ਜੀ, ਦੋ ਕਿੱਟਾਂ ਰਹਿ ਗਈਆਂ, ਆਪਾਂ ਚੁੱਕ ਕੇ ਦਿੰਦੇ ਹਾਂਗੇ। ਉਹ ਪੁੱਤ, ਆ ਮੇਰੀ ਗੱਲ ਸੁਣ। ਕੀ ਹੋ ਗਿਆ ਬਾਪੂ? ਕੱਲ੍ਹ ਦੀ ਛੁੱਟੀ ਲੈ ਲਾ ਤੂੰ। ਕਿਉਂ ਬਾਪੂ, ਕੀ ਗੱਲ ਹੋ ਗਈ? ਉਹ ਪਲਾਟ ਦੀ ਰਜਿਸਟਰੀ ਕਰਾਉਣੀ ਹੈ। ਉਹ ਬਾਪੂ, ਪਲਾਟ ਤਾਂ ਭਾਬੀ ਦੇ ਨਾਂ 'ਤੇ ਹੋਣਾ, ਫਿਰ ਤੂੰ ਵਗ ਜੀ ਭਾਬੀ ਨਾਲ। ਪੁੱਤ, ਉਹ ਤਾਂ ਜਵਾਬ ਦੇਗੀ, ਨਾਲੇ ਤੇਰੀ ਮਾਂ ਵੀ ਚਾਹੁੰਦੀ ਹੈ ਇਹੀ ਵੀ ਰਜਿਸਟਰੀ ਦੀਪ ਦੇ ਨਾਂ 'ਤੇ ਹੋਵੇ। ਉਹ ਬਾਪੂ, ਮੈਂ ਕੋਈ ਰਜਿਸਟਰੀ ਆਪਣੇ ਨਾਂ 'ਤੇ ਨਹੀਂ ਕਰਾਉਂਦੀ, ਨਾਲੇ ਉਹਨਾਂ ਦਾ ਦਿਮਾਗ ਖਰਾਬ ਹੋ ਰਿਹਾ, ਮੈਂ ਕਰਦਾ ਉਹਨਾਂ ਨਾਲ ਗੱਲ। ਉਹ ਤੈਨੂੰ ਕਹਿੰਦੀ ਹੈ, ਤੂੰ ਉਹਨੂੰ ਕਹਿ ਦੇਣਾ ਐਂ ਕਰਦੇ ਕਰਦੇ ਤੁਸੀਂ ਉੱਥੋਂ ਪਲਾਟ ਨਾ ਕੱਢ ਲਿਓ। ਉਹ ਕੋਈ ਨਾ ਬਾਪੂ, ਪਲਾਟ ਤਾਂ ਆਪਾਂ ਨਾ ਕਰਾ ਹੀ ਲੈਣਾ ਗਾ। ਚੱਲ ਮੈਂ ਉਹਨਾਂ ਨੂੰ ਸਮਝਾਉਣਾ, ਜਾ ਕੇ ਕਰਦਾ ਗੱਲ। ਮਾਂ, ਉਹ ਮਾਂ। ਮੰਮੀ ਤਾਂ ਹੈ ਨਹੀਂ, ਤੁਸੀਂ ਮੇਰੀ ਗੱਲ ਸੁਣੋ, ਮੈਂ ਗੱਲ ਕਰਨੀ ਹੈ ਕੋਈ। ਉਹ ਕੀ ਗੱਲ ਕਰਨੀ ਹੈ? ਗੱਲ ਕਰਨੀ ਹੈ ਮੈਂ ਕੋਈ। ਉਹ ਕੀ ਹੋ ਗਿਆ ਯਾਰ, ਕੀ ਗੱਲ ਕਰਨੀ ਹੈ ਤੂੰ ਦੱਸ। ਨਾ ਤੁਹਾਡਾ ਦਿਮਾਗ ਖਰਾਬ ਹੋ ਰਿਹਾ। ਉਹ ਇਹੋ ਜਿਹਾ ਮੈਂ ਕੀ ਕਰਤਾ ਲੱਗੀ ਦਿਮਾਗ ਖਰਾਬ ਦੀ? ਇੱਦੋਂ ਉੱਤੋਂ ਦੀ ਹੋਰ ਕਰੋਂਗੇ ਵੀ ਕੀ, ਜਦੋਂ ਸਾਰੇ ਕਹੀ ਜਾਂਦੇ ਨੇ ਵੀ ਜ਼ਮੀਨ ਆਪਣੇ ਨਾਂ ਕਰਵਾ ਲਓ ਕਰਵਾ ਲਓ, ਤੁਸੀਂ ਕਰਵਾਉਂਦੇ ਕਿਉਂ ਨਹੀਂ? ਯਾਰ ਜ਼ਮੀਨ ਹੁਣ ਭਾਬੀ ਦੇ ਨਾਂ ਤਾਂ ਹੋਣ ਲੱਗ ਰਹੀ ਹੈ, ਹੋ ਲੈਣ ਦੇ। ਆਹੋ, ਭਾਬੀ ਦੇ ਨਾਂ ਤਾਂ ਹੋ ਰਹੀ ਹੈ, ਪਰ ਤੁਹਾਡਾ ਕਿਹੜਾ ਭਾਈ ਨਹੀਂ ਸੀ? ਤੁਹਾਡਾ ਹੱਕ ਨਹੀਂ ਜ਼ਮੀਨ 'ਤੇ? ਨਾ ਜੇ ਭਾਈ ਸੀਗਾ ਜਿਹੜੀ ਅੱਜ ਨੌਕਰੀ ਕਰਦਾ, ਇਹ ਵੀ ਤੁਸੀਂ ਭਾਈ ਦੀ ਬਦੌਲਤੀ ਕਰ ਰਹੇ ਹੋ। ਆਹੋ, ਬੜੀਆਂ ਗੱਲਾਂ ਜਿਹੀਆਂ ਨਾ ਬਣਾਓ, ਜਦੋਂ ਬਾਪੂ ਜੀ ਆਪ ਕਹਿ ਰਹੇ ਨੇ ਵੀ ਜ਼ਮੀਨ ਨਾ ਕਰਵਾ ਲੈ ਪੁੱਤਰ ਨਾ ਕਰਵਾ ਲੈ, ਫਿਰ ਕਿੱਡੀ ਕੁ ਗੱਲ ਹੈ, ਜਦੋਂ ਉਹਨਾਂ ਨੇ ਮੰਗੀ ਆਪਾਂ ਦੇ ਦਾਂਗੇ। ਉਹ ਕੋਈ ਨਾ, ਮੈਂ ਇੱਕ ਵਾਰੀ ਭਾਬੀ ਨਾਲ ਕਰਦਾ ਗੱਲ, ਜੇ ਆਖੂਗੀ ਫਿਰ ਮੈਂ ਆਪਦੇ ਨਾਲ ਕਰਾ ਲੂੰਗਾ। ਓਹੋ, ਭਾਬੀ ਤਾਂ ਰਾਜੀ ਹੋਇਆ, ਤੁਸੀਂ ਨਹੀਂ ਮੰਨਦੇ ਹੈਗੇ। ਨਾ ਜਦ ਭਾਬੀ ਦੇ ਨਾਲ ਹੋ ਰਹੀ ਹੈ ਫਿਰ ਇਹਦੇ ਵਿੱਚ ਆਪਣਾ ਕੀ ਹੱਕ ਹੈਗਾ? ਜੇ ਜ਼ਮੀਨ ਆਪਣੇ ਨਾਲ ਕਰਾ ਲਉਂਗੇ ਨਾ ਤਾਂ ਤੁਹਾਡੇ ਚੰਗੇ ਵਾਸਤੇ ਹੀ ਕਹਿੰਦੀ ਹਾਂ ਮੈਂ, ਮੈਂ ਤੁਹਾਨੂੰ ਕੋਈ ਮਾੜੀ ਸਲਾਹ ਨਹੀਂ ਦਿੰਦੀ, ਬਾਕੀ ਮੰਨਣੀ ਨਾ ਮੰਨਣੀ ਉਹ ਤੁਹਾਡੀ ਮਰਜ਼ੀ ਆ। ਨਾ ਗੱਲ ਸੁਣਨੀ। ਹਾਂਜੀ ਮੰਮੀ। ਨਾ ਤੂੰ ਇਕੱਲੀ ਬਾਗੀ ਸੀ ਬਾੜੇ 'ਚ? ਹਾਂਜੀ, ਫਿਰ ਕੀ ਹੋ ਗਿਆ? ਹਾਂ, ਨੇੜੇ ਤਾਂ ਹੈਗਾ ਬਾੜਾ ਆਪਣਾ। ਨਾ ਤੈਨੂੰ ਜ਼ਿਆਦਾ ਸ਼ੌਂਕ ਚੜ੍ਹਿਆ ਇਕੱਲੀ ਜਾਣ ਦਾ ਛੋਟੀ ਨੂੰ ਲੈ ਜਾਂਦੀ? ਮੰਮੀ ਜੀ, ਉਹ ਤਾਂ ਨਾ ਨਾਲ ਲੱਗ ਰਹੀ ਸੀਗੀ, ਮੈਂ ਕਿਹਾ ਇਹਨੂੰ ਟਾਈਮ ਲੱਗ ਜੂਗਾ, ਇਹਨੇ ਧੁੱਪ ਚੜ੍ਹਨ ਤੋਂ ਪਹਿਲਾਂ ਮੈਂ ਕੰਮ ਨਿਬੇੜੇ ਆਉਂਦੀ ਹਾਂ। ਨਾ ਤੂੰ ਮੈਨੂੰ ਕਹਿ ਦਿੰਦੀ, ਮੈਂ ਬਗ ਚੱਲਦੀ ਨਾਲ। ਅਸਲੀ ਗੱਲ ਤਾਂ ਇਹ, ਤੇਰੇ ਘਰੇ ਪੈਰ ਨਹੀਂ ਖੜਦੇ, ਬਾਹਰ ਜਾਣ ਦੀ ਅੱਗ ਲੱਗੀ ਰਹਿੰਦੀ ਆ। ਮੰਮੀ, ਮੈਨੂੰ ਇਹ ਸੀ ਕਿ ਧੁੱਪ ਚੜ੍ਹਨ ਤੋਂ ਪਹਿਲਾਂ ਵਾੜੇ ਦਾ ਕੰਮ ਨਿਬੇੜਿਆ ਵਾ। ਨਹੀਂ, ਗੱਲ ਸੁਣ ਲੈ ਮੇਰੀ, ਪਤਾ ਹੀ ਆ ਮੈਨੂੰ ਕਿਹੜੇ ਕੰਮ ਨੇ ਤੇਰੇ ਬਾਰੇ।
ਜੇ ਅੱਜ ਤੋਂ ਬਾਅਦ ਮੈਂ ਤਾਂ ਬੁਨਾ ਪੁੱਛੇ ਬਾਹਰ ਗਈ ਆ ਨਾ ਤਾਂ ਲੱਤਾਂ ਤੋੜ ਦੂੰ ਤੇਰੀਆਂ। ਮੈਂ ਕਿਹੜਾ ਕਿਤੇ ਗਲਤ ਗਈ ਸੀਗੀ, ਬਾੜੇ 'ਚ ਵੀ ਗਈ ਸੀਗੀ, ਨਾਲੇ ਮੈਨੂੰ ਸਭ ਪਤਾ ਕਿ ਤੂੰ ਮੈਨੂੰ ਕਿੱਥੇ ਬੋਲ ਰਹੀ ਹੈਗੀ। ਮੈਨੂੰ ਵੱਧ ਘੱਟ ਬੋਲਣ ਦੀ ਕੋਈ ਲੋੜ ਨਹੀਂ, ਮੈਂ ਨਹੀਂ ਕਹਾਉਂਦੀ ਹੈਗੀ ਕਿਸੇ ਤੋਂ ਵੀ ਬੇਫਾਲਤੂ ਦਾ। ਹਾਂ ਨਾ, ਤੂੰ ਕਾਹਨੂੰ ਕਿਸੇ ਨੂੰ ਬੋਲਣ ਦੇਵੇਂਗੀ, ਬਿਨਾਂ ਲਗਾਮ ਤੋਂ ਘੋੜੀ ਤਾਂ ਹੋਈ ਫਿਰਦੀ ਆ, ਜਿੱਧਰ ਨੂੰ ਜੀ ਕਰਦਾ ਮੂੰਹ ਚੱਕ ਕੇ ਤੁਰ ਪੈਂਦੀ ਆ। ਲੱਗੀ ਆ ਜਵਾਨ ਲੜਾਉਣ। ਮਾਂ ਖੜੀ ਹੋ, ਆ ਲੈ ਦੁੱਧ ਪੀ ਲੈ। ਨਾ ਪੁੱਤ, ਮੇਰਾ ਤਾਂ ਕੁਛ ਖਾਣ ਪੀਣ ਨੂੰ ਜੀ ਨਹੀਂ ਕਰਦਾ। ਮਾਂ ਮੈਨੂੰ ਪਤਾ ਵੀ ਬਿਮਾਰ ਬੰਦੇ ਦਾ ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਹੁੰਦਾ, ਪਰ ਜੇ ਮੈਂ ਖਾਵੇਂ ਪੀਵੇਂਗੀ ਨਹੀਂ ਤਾਂ ਤੇਰੀ ਸਿਹਤ ਕਿਵੇਂ ਠੀਕ ਹੋ, ਜੰਮੀ ਬੀਤ ਜਾਏਗੀ ਤੂੰ ਤਾਂ। ਪੁੱਤ ਮੈਨੂੰ ਆਪਦੀ ਟੈਨਸ਼ਨ ਨਹੀਂ, ਮੈਨੂੰ ਅਮਨ ਦੀ ਟੈਨਸ਼ਨ ਵਾਲੀ ਆ। ਨਿੱਕੀ ਜਿਹੀ ਉਮਰ 'ਚ ਉਹ ਵਿਧਵਾ ਹੋ ਗਈ, ਜੇ ਚੱਲ ਕੋਈ ਨਿੱਕਾ ਨਿਆਣਾ ਹੁੰਦਾ ਤਾਂ ਵੀ ਉਮਰ ਕੱਢ ਲੈਂਦੀ। ਉਹ ਤਾਂ ਤੇਰੀ ਗੱਲ ਮੈਂ ਠੀਕ ਆ, ਮੈਂ ਸਮਝਦਾ ਇਸ ਗੱਲ ਨੂੰ, ਕਿੰਨੇ ਵਾਰੀ ਸਮਝਾ ਕੇ ਵੀ ਦੇਖ ਲਿਆ ਉਹਨੂੰ ਵੀ ਤੇਰਾ ਕਿਤੇ ਹੋਰ ਵਿਆਹ ਕਰ ਦਿੰਦੇ ਆ, ਹੋਰ ਰਿਸ਼ਤਾ ਕਰ ਦਿੰਦੇ ਆ, ਕਮਲੀ ਮੰਨਦੀ ਨਹੀਂ ਹੈਗੀ। ਉਹੀ ਤਾਂ ਗੱਲ ਆ ਪੁੱਤ, ਉਹਦੀ ਟੈਨਸ਼ਨ ਹੀ ਮੈਨੂੰ ਵੱਢ ਵੱਢ ਖਾਈ ਜਾਂਦੀ ਆ, ਐਂ ਉਹਦੀ ਇਕੱਲੀ ਦੀ ਸਾਰੀ ਉਮਰ ਕਿਵੇਂ ਲੰਘੂਗੀ। ਤੈਨੂੰ ਕੀ ਲੱਗਦਾ ਮਾਂ, ਅਮਨ ਦੀ ਇਸ ਹਾਲਤ ਦਾ ਮੈਨੂੰ ਦੁੱਖ ਨਹੀਂ, ਪਰ ਹੁਣ ਕਰ ਵੀ ਕੀ ਸਕਦੇ ਹਾਂ। ਉਹ ਸਿਆਣੇ ਕਹਿੰਦੇ ਨੇ ਨਾ, ਜੋ ਕਿਸਮਤ 'ਚ ਲਿਖਿਆ ਹੁੰਦਾ ਉਹ ਤਾਂ ਭੁਗਤਣੀ ਪੈਂਦਾ, ਉਹ ਡਾਢੇ ਦੀ ਲਿਖਿਆ ਨੂੰ ਕੋਈ ਨਹੀਂ ਮਿਟਾ ਸਕਦਾ। ਮੈਂ ਤਾਂ ਪੁੱਤ ਤੈਨੂੰ ਐਂ ਕਹਿੰਦੀ ਸੀ, ਮਹਾਂ ਤੂੰ ਅਮਨ ਕੋਲ ਇੱਕ ਵਾਰ ਜਾਇਆ, ਨਾ ਤੂੰ ਉਹਨੂੰ ਸਮਝਾਈ, ਨਾ ਉਹਦੇ ਸੱਸ ਸਹੁਰੇ ਨੂੰ ਕਹੀ ਵੀ ਇਹਨੂੰ ਸਮਝਾਉਣਗੇ, ਐਂ ਪੁੱਤ ਸਾਰੀ ਉਮਰ ਉਹਨਾਂ ਦੇ ਸਿਰ 'ਤੇ ਕਿੰਨਾ ਕੁ ਚਿਰ ਬੋਝ ਬਣ ਕੇ ਰਹੂਗੀ। ਕੋਈ ਨਾ ਮਾਂ, ਜਾ ਤਾਂ ਮੈਂ ਆਉਣਾ, ਪਰ ਮੈਨੂੰ ਨਹੀਂ ਲੱਗਦਾ ਉਹ ਮੰਨੂਗੀ। ਪਹਿਲਾਂ ਆਪਾਂ ਨੇ ਕਿੰਨੇ ਵਾਰ ਸਮਝਾ ਕੇ ਤਾਂ ਦੇਖੀ ਆ, ਉਹ ਤਾਂ ਹਰ ਵਾਰ ਮਨਾ ਕਰ ਦਿੰਦੀ ਆ, ਉਹ ਤਾਂ ਕਹਿੰਦੀ ਮੇਰੇ ਕੋਲ ਇਹ ਗੱਲ ਛੇੜਿਆ ਵੀ ਨਾ ਕਰੋ। ਪੁੱਤ ਉਹ ਤਾਂ ਕਹਿੰਦੀ ਹੀ ਰਹਿੰਦੀ ਆ, ਫਿਰ ਵੀ ਤੂੰ ਮੇਰੇ ਆਖੇ ਇੱਕ ਵਾਰ ਉਹਦੇ ਕੋਲ ਜਾ ਕੇ ਆ, ਉਹਨੂੰ ਸਮਝਾ, ਕੀ ਪਤਾ ਮੰਨ ਜੇ। ਪੁੱਤ ਮੇਰੇ ਬੈਠੇ ਬੈਠੇ ਇੱਕ ਵਾਰ ਉਹਦਾ ਘਰ ਫੇਰ ਵੱਸ ਜੇ, ਮੈਨੂੰ ਤਾਂ ਪੁੱਤ ਉਹਦੀ ਫਿਕਰ ਨੇ ਖਾ ਰੱਖਿਆ, ਬਿਮਾਰ ਮੈਂ ਕਾਹਨੂੰ ਆ, ਮੈਂ ਤਾਂ ਉਹਦੀ ਟੈਨਸ਼ਨ ਕਰਕੇ ਬਿਮਾਰ ਹੋ ਰਹੀ ਹਾਂ। ਕੋਈ ਨਾ ਮਾਂ, ਜਾ ਤਾਂ ਮੈਂ ਆਉਣਾ, ਤੂੰ ਐਂ ਕਰ ਆ ਦੁੱਧ ਨਾਲ ਦਵਾਈ ਲੈ ਲੈ, ਤਾਂ ਸਵੇਰ ਦਾ ਕੁਝ ਨਹੀਂ ਖਾਧਾ ਪੀਤਾ। ਲਿਆ ਪੁੱਤ। ਇੱਕ ਤਾਂ ਤੂੰ ਬਿਮਾਰ ਹੋ ਰਹੀ ਆ, ਉੱਤੋਂ ਤੂੰ ਭੈਣ ਦੀ ਚਿੰਤਾ ਕਰੀ ਜਾਂਦੀ ਆ, ਨਾ ਤੂੰ ਕੁਝ ਖਾਣੀ ਪੀਣੀ ਆ, ਐਂ ਤਾਂ ਮਾਂ ਤੂੰ ਜੰਮੀ ਬੀਤ ਜਾਏਗੀ। ਮੈਂ ਕੀ ਕਰਾਂ ਪੁੱਤ, ਮੇਰਾ ਕੁਝ ਖਾਣ ਪੀਣ ਨੂੰ ਜੀ ਨਹੀਂ ਕਰਦਾ। ਮਾਂ ਧੱਕੇ ਨਾਲ ਖਾ ਪੀਆ ਕਰ, ਥੋੜੀ ਬੋਟੀ ਜਾਨ ਪੈ ਜੂ ਤੇਰੇ 'ਚ। ਖਾ ਪੀ ਤਾਂ ਪੁੱਤ ਮੈਂ ਆਪੇ ਲਊ, ਬਸ ਤੂੰ ਇੱਕ ਵਾਰੀ ਅਮਨ ਦਾ ਪਤਾ ਲਿਆ ਜਾ ਕੇ, ਉਹਨੂੰ ਸਮਝਾ ਜਾ ਕੇ। ਕੋਈ ਨਾ ਮਾਂ, ਜਾ ਆਉਣਾ, ਤੂੰ ਦੁੱਧ ਪੀ ਲਾ, ਠੰਡਾ ਹੋਈ ਜਾਂਦਾ, ਨਾਲੇ ਦਵਾਈ ਲੈ ਲਈ ਧਿਆਨ ਨਾਲ। ਠੀਕ ਹੈ? ਠੀਕ ਆ ਪੁੱਤ। ਨਾ ਡੱਕੇ ਜੇ ਐਵੇਂ ਰੱਖ ਦਿੰਦੇ ਨੇ ਕੰਡਿਆਂ ਵਾਲੇ, ਦੱਸ ਉਹ ਕਿਵੇਂ ਆ ਭਾਬੀ, ਠੀਕ ਹੈ? ਕਿਉਂ, ਮੈਨੂੰ ਕੀ ਹੋਇਆ? ਠੀਕ ਹਾਂ ਮੈਂ, ਕੋਈ ਕੰਮ ਆਇਆ ਸੀ? ਉਹ ਕੰਮ ਤਾਂ ਮੈਂ ਕੀ ਆਉਣਾ ਸੀਗਾ, ਮੈਂ ਤਾਂ ਸੋਚਿਆ ਸੀ ਭਾਬੀ ਇਕੱਲੀ ਰੱਕੜਾਂ ਜਿਹੀਆਂ ਚੱਕੀ ਜਾਂਦੀ ਹੈ, ਮੈਂ ਨਾਲ ਚੱਕਾ ਤਾਂ। ਨਾ ਨਾ ਸ਼ਿੰਦੇ, ਕੋਈ ਗੱਲ ਨਹੀਂ, ਲੱਕੜਾਂ ਤਾਂ ਮੈਂ ਥੋੜ੍ਹੀਆਂ ਹੀ ਲੈ ਕੇ ਜਾਣੀਆਂ ਨੇ, ਮੈਂ ਆਪ ਹੀ ਚੱਕ ਕੇ ਲੈ ਜੂੰਗੀ। ਉਹ ਭਾਬੀ ਆ ਪੱਲਾ ਜਿਹਾ ਮੇਰੇ ਮੂਹਰੇ ਕਿਉਂ ਕਰਦੀ ਹੁੰਦੀ ਆ ਤੂੰ, ਤੈਨੂੰ ਕਾਹਦੀ ਸ਼ਰਮਾ ਮੇਰੇ ਤੋਂ, ਨਾਲੇ ਸੱਤਾ ਤਾਂ ਮੇਰੇ ਤੋਂ 4 ਸਾਲ ਵੱਡਾ ਸੀਗਾ। ਚੱਲ ਇਹ ਗੱਲਾਂ ਛੱਡ, ਜੇ ਕਿਸੇ ਚੀਜ਼ ਦੀ ਲੋੜ ਹੋਵੇ ਨਾ ਮੈਨੂੰ ਬੇਝਿਜਕ ਦੱਸ ਦਿਆ ਕਰ, ਮੈਂ ਲਿਆ ਦਿਆ ਕਰੂੰਗਾ। ਕਿਉਂ, ਮੈਂ ਕਿਉਂ ਮੰਗਵਾਉਂਗੀ ਤੇਰੇ ਤੋਂ ਕੁਛ, ਮੇਰੇ ਕੀ ਅੱਗੇ ਪਿੱਛੇ ਹੈ ਨਹੀਂਗਾ ਕੋਈ। ਉਹ ਭਾਬੀ ਮੇਰੀ ਗੱਲ ਤਾਂ ਸੁਣ,
ਇੱਥੇ ਹੀ ਖੜ ਜਾ, ਨਾਲੇ ਦੂਰ ਹੋ ਕੇ ਗੱਲ ਕਰ ਮੇਰੇ ਤੋਂ, ਠੀਕ ਆ ਨਾ? ਮੇਰੇ ਕੋਲ ਆਉਣ ਦੀ ਕੋਈ ਲੋੜ ਨਹੀਂ ਤੈਨੂੰ। ਨਾਲੇ ਦੱਸੀ ਮੈਨੂੰ, ਮੈਂ ਤੇਥੋਂ ਭਰਾ ਦੀ ਕਿਉਂ ਕੋਈ ਚੀਜ਼ ਮੰਗਵਾਉਂਗੀ? ਮੇਰੇ ਕੀ ਕੋਈ ਹੈ ਨਹੀਂ, ਮੇਰੇ ਸੱਸ ਸਹੁਰਾ ਦਿਓਰ ਦਰਾਣੀ ਸਾਰੇ ਜਣੇ ਨੇਗੇ। ਗੱਲ ਸੁਣ ਲੈ ਮੇਰੀ, ਅੱਜ ਤਾਂ ਆਹ ਹਰਕਤ ਕਰਤੀ, ਜੇ ਇੱਦੋਂ ਮੁੜ ਕੇ ਆਹ ਸਭ ਕੀਤਾ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ, ਜਾਂ ਵਗ ਜਾ ਇੱਥੋਂ। ਉਹ ਜਾਨਾ ਜਾਨਾ ਭਾਬੀ, ਤੂੰ ਤਾਂ ਗੁੱਸਾ ਹੀ ਕਰ ਗਈ। ਚੱਕ ਕੇ ਮੂੰਹ ਆ ਜਾਂਦੇ ਨੇ। ਤੁਸੀਂ ਸੁਣਾਓ, ਸਿਹਤਾਂ ਠੀਕ ਨੇ? ਵਧੀਆ। ਹੋਰ ਘਰ ਪਰਿਵਾਰ ਸਾਰਾ ਵਧੀਆ? ਸਭ ਵਧੀਆ ਗਾ। ਕੀ ਗੱਲ ਪੁੱਤ, ਜਮੀ ਭੁੱਲ ਭੱਲ ਕੇ ਗੇੜਾ ਗੂੜਾ ਹੀ ਨਹੀਂ ਮਾਰਦੇ ਤੁਸੀਂ ਤਾਂ? ਬਸ ਮਾਸੀ ਕੀ ਕਰੀਏ, ਤੁਹਾਨੂੰ ਪਤੀ ਆ ਕਬੀਲਦਾਰੀ ਦਾ, ਕੰਮ ਕਾਰਜ ਵਜੋਂ ਆ ਹੀ ਨਹੀਂ ਆਉਂਦਾ। ਇਹ ਤਾਂ ਹੈ ਪੁੱਤ ਘਰ। ਹੋਰ ਸੁਣਾ ਪੁੱਤ, ਤੇਰੀ ਮਾਂ ਦਾ ਕੀ ਹਾਲ ਹੈ? ਬਸ ਮਾਸੜ ਜੀ, ਕੀ ਦੱਸਾਂ ਮਾਂ ਬਾਰੇ, ਉਹ ਤਾਂ ਬਿਮਾਰ ਹੀ ਰਹਿੰਦੀ ਆ, ਬਿਮਾਰੀ ਖੜੇ ਨਹੀਂ ਛੱਡ ਰਹੀ। ਹੁਣ ਤਾਂ ਘਰ ਦੇ ਕੰਮ ਕਾਰ ਵੀ ਸਾਰੇ ਮੈਨੂੰ ਕਰਨੇ ਪੈਂਦੇ ਨੇ। ਹਜੇ ਠੀਕ ਹੀ ਨਹੀਂ ਪੁੱਤ, ਕਿੰਨਾ ਚਿਰ ਹੋ ਗਿਆ ਬਿਮਾਰ ਪਈ ਨੂੰ? ਮਾਸੜ ਜੀ, ਬਿਮਾਰੀ ਤਾਂ ਮੇਰੀ ਮਾਂ ਨੂੰ ਘੱਟ ਆ, ਉਹ ਤਾਂ ਬਸ ਸਾਹਮਣ ਦੀ ਚਿੰਤਾ ਵਾਲੀ ਕਰਦੀ ਆ। ਉਹ ਸਿਆਣੇ ਕਹਿੰਦੇ ਹੁੰਦੇ ਨਾ ਕਿ ਚਿੰਤਾ ਤੱਕ ਘੁਣ ਹੁੰਦੀ ਆ, ਜਿਵੇਂ ਲੱਕੜ ਨੂੰ ਘੁਣ ਖਾਈ ਜਾਂਦਾ ਨਾ, ਐਵੇਂ ਇਨਸਾਨ ਨੂੰ ਚਿੰਤਾ ਖਾਈ ਜਾਂਦੇ ਨੇ। ਉਹ ਤਾਂ ਬਸ ਅਮਨ ਦੀ ਚਿੰਤਾ ਕਰੀ ਜਾਂਦੀ ਆ ਹਰ ਵੇਲੇ। ਸਤਿ ਸ਼੍ਰੀ ਅਕਾਲ। ਤੁਸੀਂ ਕਦੋਂ ਆਏ? ਹਾਂ ਬਸ ਹੁਣੀ ਆਇਆ ਸੀ। ਅੱਛਾ, ਮੈਂ ਅੰਦਰ ਕੰਮ ਕਰ ਰਹੀ ਸੀ, ਮੈਨੂੰ ਲੱਗਿਆ ਤਾਂ ਸੀਗਾ ਕਿ ਵੀਰੇ ਦੀ ਆਵਾਜ਼ ਆ ਰਹੀ ਆ, ਮੈਂ ਕਿਹਾ ਚੱਲ ਦੇਖ ਆਵਾਂ। ਕਿਵੇਂ, ਠੀਕ ਆ ਤੂੰ? ਮੈਂ ਤਾਂ ਠੀਕ ਹੈ ਵੀਰੇ। ਕੀ ਗੱਲ, ਮਾਂ ਜ਼ਿਆਦਾ ਬਿਮਾਰ ਹੋ ਰਹੀ ਆ? ਉਹ ਨਾ ਭੈਣੇ, ਉਹ ਬਿਮਾਰ ਕਾਹਨੂੰ ਆ, ਉਹ ਤਾਂ ਬਸ ਤੇਰੀ ਚਿੰਤਾ ਕਰੀ ਜਾਂਦੀ ਹਰ ਵੇਲੇ। ਵੀਰੇ ਫਿਰ ਤੂੰ ਸਮਝਾਉਣਾ ਮਾਂ ਨੂੰ ਕਿ ਉਹ ਮੇਰੀ ਚਿੰਤਾ ਨਾ ਕਰਿਆ ਕਰੇ, ਮੈਂ ਠੀਕ ਹਾਂ। ਕਿੱਥੇ ਠੀਕ ਆ ਭੈਣੇ ਤੂੰ, ਜੇ ਤੂੰ ਠੀਕ ਹੁੰਦੀ ਮੈਂ ਇੰਨੀ ਚਿੰਤਾ ਕਾਹਤੋਂ ਕਰਦੀ। ਮਾਸੀ ਜੀ, ਤੁਸੀਂ ਸਮਝਾ ਕੇ ਦੇਖ ਲਓ, ਇਹਨੂੰ ਸਮਝਦੀ ਆ, ਜੇ ਕੋਈ ਜਵਾਕ ਹੁੰਦਾ ਫਿਰ ਵੀ ਟਾਈਮ ਪਾਸ ਹੋ ਜਾਂਦਾ, ਆਹ ਪਹਾੜ ਜਿਹੜੀ ਜ਼ਿੰਦਗੀ ਆ, ਕਿਵੇਂ ਟਾਈਮ ਪਾਸ ਹੋਊਗਾ, ਸਾਰੀ ਜ਼ਿੰਦਗੀ ਇਕੱਲੀ ਦੀ ਕਿਵੇਂ ਲੰਘੂ ਇਹਦੀ? ਮੇਰੇ ਪੁੱਤ ਜੱਸੇ ਅਸੀਂ ਤਾਂ ਕੁਛ ਨਹੀਂ ਕਹਿ ਸਕਦੇ ਇਹਦੇ ਵਿੱਚ, ਜਿਵੇਂ ਕਹੋਗੇ ਅਸੀਂ ਤਾਂ ਉਵੇਂ ਕਰ ਲਾਂਗੇ। ਵੀਰੇ ਇਹ ਤੂੰ ਕਿਵੇਂ ਦੀਆਂ ਗੱਲਾਂ ਕਰੀ ਜਾਣਾ, ਨਾਲੇ ਦੀਪ ਦੇ ਜਵਾਕ ਵੀ ਤਾਂ ਮੇਰੇ ਹੀ ਨੇਗੇ, ਉਹ ਕਿਹੜੇ ਬੇਗਾਨੇ ਨੇ? ਉਹ ਭੈਣੇ ਤੂੰ ਸਮਝਦੀ ਕਿਉਂ ਨਹੀਂ, ਅੱਗੇ ਜਾ ਕੇ ਤੇਰਾ ਟਾਈਮ ਪਾਸ ਕਿਵੇਂ ਹੋਊਗਾ, ਕੌਣ ਸਾਰਾ ਬਣੂ ਤੇਰਾ? ਉਹ ਜੱਸੇ ਪੁੱਤ, ਅਸੀਂ ਤਾਂ ਇਹਨੂੰ ਬਹੁਤ ਸਮਝਾ ਸਮਝਾ ਕੇ ਥੱਕ ਗਏ, ਅਸੀਂ ਵੀ ਸਬਰ ਕਰੀ ਬੈਠੇ ਹਾਂ, ਤੇਰੀ ਮਾਂ ਨੂੰ ਕਹਿ ਬਾਲਾ ਫਿਕਰ ਨਾ ਕਰਿਆ ਕਰੇ ਇਹਦਾ। ਮਾਸੜ ਜੀ, ਮੈਂ ਤਾਂ ਬਥੇਰਾ ਸਮਝਾ ਕੇ ਦੇਖ ਲਿਆ, ਉਹ ਕਿਹੜਾ ਸਮਝਦੀ ਆ ਮੇਰੀ ਗੱਲ ਨੂੰ? ਬਾਈ ਮੇਰੀ ਗੱਲ ਸੁਣ, ਦੇਖ ਮੈਂ ਇੱਥੇ ਠੀਕ ਹਾਂ, ਨਾਲੇ ਤੁਹਾਨੂੰ ਕਿਹੜਾ ਨਹੀਂ ਪਤਾ ਹੈਗਾ ਕਿ ਮੇਰੀ ਜ਼ਿੰਦਗੀ ਇੱਥੇ ਜਿਵੇਂ ਦੀ ਵੀ ਲੰਘ ਰਹੀ ਆ, ਬਸ ਠੀਕ ਹੀ ਲੰਘ ਰਹੀ ਆ। ਤੂੰ ਮਾਂ ਨੂੰ ਸਮਝਾ ਕੇ ਦੇਖ ਲੈ ਨਾ ਇੱਕ ਵਾਰ ਹੋਰ, ਕੀ ਪਤਾ ਉਹ ਮੰਨੀ ਜਾਵੇ। ਦੇਖ ਵੀਰੇ ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ, ਤੁਹਾਡੀ ਇੱਜ਼ਤ ਨੂੰ ਨਾ ਮੈਂ ਕਦੇ ਵੀ ਦਾਗ ਨਹੀਂ ਲਾਉਂਦੀ ਹੈਗੀ, ਪਰ ਹਾਂ ਜੇ ਕਿਤੇ ਤੁਸੀਂ ਇਹ ਸੋਚਣਾ ਵੀ ਮੈਂ ਹੋਰ ਕਿਤੇ ਵਿਆਹ ਕਰਾ ਲੂੰਗੀ, ਮੈਂ ਮਰਨੀ ਮਰ ਜੂੰਗੀ ਪਰ ਹੋਰ ਕਿਤੇ ਵਿਆਹ ਨਹੀਂ ਕਰਾਉਂਦੀ ਹੈਗੀ। ਉਹ ਚੱਲ ਠੀਕ ਆ ਭੈਣੇ, ਜਿਵੇਂ ਤੇਰੀ ਮਰਜ਼ੀ। ਉਹ ਭਾਈ ਕੁੜੀਏ, ਉਰੀ ਖੜੀ ਗੱਲਾਂ ਮਾਰੀ ਜਾਵੇਗੀ ਕਿ ਮੁੰਡੇ ਨੂੰ ਚਾਹ ਪਾਣੀ ਵੀ ਪੁੱਛੇਗੀ?
ਹਾਂਜੀ ਬਾਪੂ ਜੀ ਮੈਂ ਲੈ ਕੇ ਆਉਣੀ ਆਪਣੇ। ਬੈਠ ਪੁੱਤ। ਕਿਵੇਂ ਸਮਝਾਈਏ ਮਾਸੜ ਜੀ ਮੈਨੂੰ, ਇਹ ਤਾਂ ਸਮਝਦੀ ਨਹੀਂ। ਮਾਂ ਓ ਮਾਂ ਆ ਗਿਆ ਦੀਪ। ਹਾਂ ਭਾਬੀ ਆ ਗਿਆ। ਮੰਮੀ ਤਾਂ ਅੰਦਰ ਨੇਗੇ। ਆ ਲਓ ਪ੍ਰਸ਼ਾਦ। ਹਮ ਮੋਟੇ ਦਿਮਾਗ ਦੇ, ਤੈਨੂੰ ਐ ਨਹੀਂ ਪਤਾ ਵੀ ਪ੍ਰਸ਼ਾਦ ਕਿਹਦੇ ਹੱਥਾਂ 'ਚ ਦਈਦਾ। ਉਹ ਕੀ ਹੋ ਗਿਆ ਮਾਂ? ਨਾ ਤੂੰ ਮੂੰਹ ਚੱਕ ਕੇ ਡੱਬਾ ਫੜ ਲਿਆ, ਤੈਨੂੰ ਇੰਨੀ ਅਕਲ ਨਹੀਂ ਹੈਗੀ? ਹੁਣ ਤਾਂ ਬਸ ਕਰ ਜਾ, ਹੁਣ ਤਾਂ ਟਲ ਜਾ, ਹਜੇ ਕੋਈ ਕਸਰ ਬਾਕੀ ਰਹਿੰਦੀ ਆ। ਓ ਮਾਂ ਇਹ ਪ੍ਰਸ਼ਾਦ ਹੀ ਆ, ਫਿਰ ਕੀ ਹੋ ਗਿਆ ਜੀ? ਭਾਬੀ ਨੇ ਫੜ ਲਿਆ। ਤੂੰ ਚੁੱਪ ਕਰ ਵੇ ਮੁੰਡਿਆ, ਤੈਨੂੰ ਨਹੀਂ ਪਤਾ ਕਾਸੇ ਦਾ, ਤੂੰ ਭੋਲਾ। ਓ ਮਾਂ ਹਰ ਗੱਲ ਨੂੰ ਪੁੱਠੀ ਨਾ ਲੈ ਕੇ ਜਾਇਆ ਕਰ, ਜਦੋਂ ਮਰਜ਼ੀ ਦੇਖ ਲੈ, ਇਹਨੂੰ ਕੁਛ ਨਾ ਕੁਛ ਬੋਲਦੀ ਰਹਿਣੀ ਆ। ਆਹ ਦੇਖ ਲੈ ਰਵਾ ਕੇ ਭੇਜਤੀ ਅੰਦਰ। ਉਹ ਭਾਬੀ ਤੂੰ ਕਾਹਤੋਂ ਰੋਣ ਲੱਗ ਗਈ? ਨਾਲੇ ਤੈਨੂੰ ਪਤਾ ਤਾਂ ਹੈਗਾ ਮਾਂ ਦਾ ਕਿਵੇਂ ਬੋਲਦੀ ਹੁੰਦੀ ਹੈ, ਤੂੰ ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ। ਦੀਪ ਸ਼ਾਇਦ ਮੇਰੀ ਕਿਸਮਤ 'ਚ ਇਹ ਸਭ ਲਿਖਿਆ, ਮੈਂ ਕਿਸੇ ਨੂੰ ਕੀ ਦੋਸ਼ ਦੇਵਾਂ? ਕੋਈ ਨਾ ਭਾਬੀ, ਤੂੰ ਆਪਦੀ ਕਿਸਮਤ ਨੂੰ ਨਾ ਦੋਸ਼ ਨਾ ਦੇ, ਨਾਲੇ ਰੋਣਾ ਜਿਹਾ ਬੰਦ ਕਰ, ਹੁਣ ਬਹੁਤ ਰੋਲੀ। ਕੀ ਹੋ ਰਿਹਾ ਇੱਥੇ? ਨਾ ਕੀ ਹੋ ਗਿਆ? ਨਾ ਹੋਇਆ ਕੀ ਨਹੀਂ, ਸਭ ਦੇਖ ਲਿਆ ਮੈਂ। ਬਾਲਾ ਭੋਲਾ ਨਾ ਬਣ ਮੇਰੇ ਮੂਹਰੇ, ਇੱਕ ਦੂਜੇ ਦੇ ਵਿੱਚ ਤਾਂ ਤੁਸੀਂ ਵੜਨ ਵਾਲੇ ਹੋਏ ਪਏ ਸੀ। ਸ਼ਰਮ ਨਹੀਂ ਆਉਂਦੀ? ਨਾ ਮਾਰ ਹੋਰ ਮਾਰ, ਇਹਦੇ ਕਰਕੇ ਮੇਰੇ ਥੱਪੜ ਮਾਰਨ ਲੱਗ ਰਿਹਾ। ਅੱਧਾ ਬੰਦਾ ਤਾਂ ਖਾ ਗਈ ਬੇਸ਼ਰਮੇ, ਹੁਣ ਮੇਰਾ ਵੀ ਖਾਣ ਲੱਗ ਰਹੀ ਆ। ਸ਼ਰਮ ਮੰਨ ਲੈ, ਕੋਈ ਸ਼ਰਮ। ਓਏ ਬਸ ਕਹਿ ਰਹਾ ਹੂੰ, ਤਾਂ ਹੀ ਚੜਦੀਆਂ ਨੇ, ਚੁੱਪ ਕਰਕੇ ਨਹੀਂ ਖੜਾ ਜਾਂਦਾ। ਅੱਛਾ ਬੜੀ ਮੇਰ ਆਉਂਦੀ ਹੈ ਤੈਨੂੰ ਰੰਨ ਦੀ? ਨਾ ਉਦੋਂ ਤੈਨੂੰ ਸ਼ਰਮ ਨਹੀਂ ਆਈ ਜਦੋਂ ਮੂੰਹ ਨਾ ਮੂੰਹ ਲਾ ਲਾ ਕੇ ਗੱਲਾਂ ਕਰਦਾ ਸੀ ਇਹਦੇ ਨਾਲ? ਉਹ ਤੂੰ ਬਸ ਕਰ, ਚੁੱਪ ਕਰ ਜਾ, ਬਾਹਲਾ ਲੱਗੀਆਂ ਬੋਲਣਾ, ਅਸੀਂ ਤੌੜੀ ਲਾਹੂ ਯਾਦ ਰੱਖੇਗੀ। ਮੈਂ ਤਾਂ ਇਹੀ ਬੋਲੂੰਗੀ, ਤੂੰ ਦੱਸ ਕੀ ਕਰ ਲੇਗਾ? ਕੋਮਲ ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਨੀ ਤੂੰ ਬਸ ਕਰ, ਮੈਂ ਸਭ ਜਾਣਦੀ ਆ ਤੇਰੇ ਵਰਗੀ ਨੂੰ। ਨਾ ਉਦੋਂ ਸ਼ਰਮ ਨਹੀਂ ਆਈ ਜਦੋਂ ਇਹਦੇ ਨਾਲ ਗੱਲਾਂ ਮਾਰਦੀ ਸੀ, ਬੇਸ਼ਰਮ ਕਿਸੇ ਥਾਂ ਦੀ। ਕੋਮਲ ਮੇਰੀ ਗੱਲ ਤਾਂ ਸੁਣ, ਮੈਂ ਸੱਚੀ ਕਹਿ ਰਹੀ ਹਾਂ, ਐਵੇਂ ਦੀ ਕੋਈ ਗੱਲ ਨਹੀਂ, ਤੈਨੂੰ ਗਲਤ ਫਹਿਮੀ ਹੋਈ ਆ। ਇਹ ਬਹਿ ਜਾ, ਤੇਰੇ ਬਾਰੇ ਸਭ ਜਾਣਦੀ ਆ ਮੈਂ ਕਿਹੜੇ ਚਰਿੱਤਰ 'ਚ ਖੇਡਦੀ ਆ ਤੂੰ। ਨੀ ਕੀ ਹੋ ਗਿਆ, ਕੀ ਰੌਲਾ ਪਾ ਰੱਖਿਆ ਤੁਸੀਂ? ਮੰਮੀ ਰੌਲਾ ਕੀ ਆ, ਇਹਨੂੰ ਪੁੱਛ ਲੈ। ਮੈਂ ਵੀ ਸੋਚਿਆ ਵੀ ਇਹ ਮੈਨੂੰ ਟਾਈਮ ਕਿਉਂ ਨਹੀਂ ਦਿੰਦਾ, ਮੇਰੇ ਨਾਲ ਗੱਲਾਂ ਬਾਤਾਂ ਕਿਉਂ ਨਹੀਂ ਕਰਦਾ, ਅਸਲੀ ਜੜ ਤਾਂ ਆਹ ਗਈ। ਨੀ ਕੀ ਹੋਇਆ, ਮੈਨੂੰ ਤਾਂ ਕੋਈ ਗੱਲ ਦੱਸੋ। ਕੀ ਦੱਸਾਂ ਮਾਂ, ਇਹਨਾਂ ਨੇ ਤਾਂ ਜਮੀ ਸ਼ਰਮ ਲਾਤੀ, ਇੱਕ ਦੂਜੇ ਦੇ ਮੂੰਹ 'ਚ ਮੂੰਹ ਦੇਣ ਨੂੰ ਹੋ ਰਹੇ ਸੀ। ਉਹ ਤਾਂ ਸ਼ੁਕਰ ਕਰ ਮੈਂ ਦੇਖ ਲਿਆ ਇਹਨਾਂ ਨੂੰ। ਮਾਂ ਇਹ ਜੀ ਕੋਈ ਗੱਲ ਨਹੀਂ ਹੈਗੀ, ਤੂੰ ਆਪ ਸੋਚ, ਆ ਬਾਹਰ ਤੇਰੇ ਕੋਲੇ ਤਾਂ ਖੜੀ ਸੀ ਅਸੀਂ, ਆ ਹੁਣ ਆ ਕੇ ਮੈਂ ਇੱਥੇ ਖੜਿਆ ਹੈਗਾ, ਇਹ ਤਾਂ ਐਵੇਂ ਖਾਂ ਖਾਂ ਬਦਨਾਮ ਕਰੀ ਜਾਂਦੀ ਹੈ। ਨਾ ਕੋਈ ਗੱਲ ਤਾਂ ਹੈਗੀ ਆ, ਐਵੇਂ ਇਹ ਝੂਠ ਕਿਉਂ ਕਹੂਗੀ? ਜਿਹਨੇ ਕੁਛ ਦੇਖਿਆ ਇਹ ਤਾਂ ਹੀਓ ਕਹਿੰਦੀ ਆ, ਐਵੇਂ ਕੋਈ ਝੂਠ ਨਹੀਂ ਕਿਸੇ ਨੂੰ ਕੋਈ ਕੁਛ ਕਹਿੰਦਾ ਹੁੰਦਾ। ਉਹ ਮਾਂ ਤੂੰ ਵੀ ਇਹਦੀਆਂ ਗੱਲਾਂ 'ਚ ਆ ਗਈ, ਤੂੰ ਆਪ ਸੋਚ, ਆ ਤੇਰੇ ਮੂਹਰੇ ਮੂਹਰੇ ਤਾਂ ਮੈਂ ਇੱਥੇ ਆਏਗਾ। ਨਾ ਮਾਂ ਨੂੰ ਕੀ ਪਤਾ, ਤੁਸੀਂ ਤਾਂ ਸਾਰਿਆਂ ਦੇ ਅੱਖਾਂ ਤੇ ਪੱਟੀਆਂ ਬੰਨ ਰੱਖੀਆਂ ਨੇ, ਨਾਲੇ ਇਹਨੇ ਬੰਨ ਰੱਖੀਆਂ ਨੇ। ਉਹ ਤੂੰ ਪਿੱਛੇ ਹਟ ਜਾ, ਮੈਂ ਛਿੱਤਰ ਖਾਈ ਜੀ, ਮੈਂ ਤੂੰ ਬਾਹਲਾ ਲੱਗੀਆਂ ਬੋਲਣ। ਨਾ ਐਵੇਂ ਕਿਵੇਂ, ਤੂੰ ਬਹੂ ਦੇ ਹੱਥ ਚੱਕੇਗਾ? ਉਹ ਮਾਂ ਆਹ ਦੇਖ ਲੈ, ਤੇਰੇ ਸਾਹਮਣੇ ਕਿਵੇਂ ਭੌਂਕੀ ਜਾਂਦੀ ਹੈਗੀ, ਜਿੰਨਾ ਪਵਾੜਾ ਪਾਉਂਦੀ ਹੈ ਇਹ ਪਾਉਣੀ ਆ, ਭੈਣ ਦੇ ਯਾਰਾਂ ਦੀ ਤਾਂ ਚੁੱਪ ਕਰਕੇ ਨਹੀਂ ਖੜਿਆ ਜਾਂਦਾ ਉਰੇ, ਕਿਵੇਂ ਡੁਸਕਦੀ ਹੈਗੀ। ਨਾ ਠੀਕ ਹੀ ਜੋ ਕਹਿੰਦੀ ਆ ਉਹ। ਨਾ ਤੂੰ ਇੱਕ ਪੁੱਤ ਤਾਂ ਮੇਰਾ ਖਾ ਗਈ, ਇੱਕ ਨੂੰ ਤਾਂ ਬਖਸ਼ ਦੇ, ਇੱਕ ਪੁੱਤ ਰਹਿ ਗਿਆ ਮੇਰਾ ਹੁਣ ਮੇਰੇ ਪੱਲੇ, ਇਹਨੂੰ ਬਖਸ਼ ਦੇ ਹੜੇ ਹੱਥ ਬੰਨ੍ਹ ਦੀਏ ਮੈਂ ਤੇਰੇ ਮੂਹਰੇ। ਉਹ ਬਸ ਕਰ ਮਾਂ, ਕੀ ਬੋਲੀ ਜਾਂਦੀ ਆ ਤੂੰ? ਨਾ ਬਈ ਤੂੰ ਇੱਥੇ ਕੀ ਕਰਨ ਆਇਆ ਤੀ, ਮੇਰੇ ਕੋਲ ਨਹੀਂ ਤੀ ਆ ਸਕਦਾ ਤੂੰ।
ਮਾਂ ਕਾਹਨੂੰ ਚੰਗੀ ਲੱਗਦੀ, ਇਹਨੂੰ ਹੁਣ ਭਾਬੀ ਚੰਗੀ ਲੱਗਦੀ ਆ।